अज 1 सितंबर नूं जिला पटियाला दे विच कोविड दी की स्थिति है उहदे बारे जानकारी दे रहे ने सिविल सर्जन पटियाला डॉक्टर हरीश मल्होत्रा जी। अज 1950 दे करीब सानू रिपोर्ट्स मिली हैं, जिस चो 105 पॉजिटिव आए ने केसिस, जिस नाल टोटल पॉजिटिव केस पटियाले 6433 हो गए ने। मिशन फतेह तहत 168 केस सेहतयाब होकर डिस्चार्ज कर दिते गए ने, जिस नाल ठीक होने वाले केसां दी गिनती 4796 हो गई है। अनफॉर्चुनेटली 168 डेथ्स भी हुई हैं ते एक्टिव केसां दी गिनती 1474 है, जिस तो साफ लगता है कि 75% केस जिहड़े ने वो ठीक हो चुके ने ते बाकी सेहतयाबी वल ने। जिहड़े 105 केस सानू मिले ने इन्हां चों 53 पटियाला शहर चों, 3 समाना, 17 राजपुरा, 10 नाभा, 7 पातड़ा, 1 सनौर अते 14 वख-वख पिंडां चों मिले ने ते इन्हां चों भी 22 जिहड़े पॉजिटिव केसां दे संपर्क च आण ते मिले ने ते 83 कंटेनमेंट जोनस ते फ्लू कॉर्नरस ते सैंपलिंग तों बाद मिले ने ते 2 सेहत कर्मी भी अज पॉजिटिव आए ने। गाइडलाइनस मुताबक इन्हां दी कॉन्टैक्ट ट्रेसिंग अते होम आइसोलेशन या मूवमेंट टू कोविड केयर सेंटर या राजेंद्र हॉस्पिटल करी जा रही है। 2 टेस्ट भी हुई ने अज, दोनों ही पटियाला शहर नाल संबंधित ने ते पॉजिटिव आए केसां चों 4066 केसां नूं घरां च ही रख के होम आइसोलेट किया गया, जिन्हां चों भी 3138 मरीज अपना पूरा समां पास करके सेहतयाब होके अपने काम च बिजी ने ते बाकी अपने घर च ही रह के अपना होम आइसोलेशन दा पीरियड पूरा कर रहे ने, जिस तो साफ सिद्ध हुंदा कि सरकारी राजेंद्रा हॉस्पिटल च सिर्फ ही सिर्फ गंभीर मरीजां नूं लैके दाखिल कराया जा रहा ताकि उन्हां नूं ठीक कराया जा सके। और एक वाजे करना चाहना है कल कि सोशल मीडिया ते कुछ चैनल्स ते बड़ियां अफवाहां फैलाईयां जा रही हैं कि पॉजिटिव आने हरेक मरीज नूं हॉस्पिटल लैके जाया जाएगा और या कोई पेमेंट्स हुंदियां डॉक्टर्स नूं आशाज नूं, ये बिल्कुल निराधार बेकार और कूड़ प्रचार है, बिल्कुल सच तो परे है, झूठ है और निंदन योग है। सैंपलिंग करन दा इको एक मकसद है सरकार दा, जिवें कि माननीय मुख्यमंत्री साहब ने भी और सेहत मंत्री साहब ने भी स्पष्ट किया है कि असी जिहड़ा कोई छिपिया होया पॉजिटिव केस है फैमिली च जां समाज च उहदा पता लगा के उन्नू आइसोलेट करके उहदा इलाज किया जाए ताकि दूजे फैमिली मैंबर नूं या समाज दे व्यक्तियां नूं ਇਹ ਬਿਮਾਰੀ ਤੋਂ ਬਚਾਇਆ ਜਾ ਸਕੇ। ਸੋ ਮੇਰੀ ਇੱਕ ਵਾਰ ਫੇਰ ਅਪੀਲ ਹੈ ਸਾਰੇ ਜੋ ਇਹ ਝੂਠਾ ਪ੍ਰਚਾਰ ਕਰ ਰਹੇ ਨੇ, ਚਾਹੇ ਕੋਈ ਸੋਸ਼ਲ ਮੀਡੀਆ ਤੇ ਹੈ, ਇੰਡੀਵਿਜੁਅਲ ਹੈ ਜਾਂ ਕੁਝ ਚੈਨਲਸ ਹੈ ਜਾਂ ਕੁਝ ਇਹੋ ਜਿਹੀਆਂ ਸੰਸਥਾਵਾਂ ਹੈ ਜਾਂ ਆਰਗਨਾਈਜੇਸ਼ਨਸ ਹੈ ਕਿ ਸੈਂਪਲਿੰਗ ਦਾ ਵਿਰੋਧ ਕਰੋ, ਸੈਂਪਲਿੰਗ ਕਰਾਉਣੀ ਨਹੀਂ, ਸਿਹਤ ਵਾਲੀ ਟੀਮਾਂ ਨੂੰ ਅਸੀਂ ਆਉਣ ਨਹੀਂ ਦੇਣਾ ਆਪਣੀ ਕਾਲੋਨੀਜ਼ 'ਚ, ਮੁਹੱਲਿਆਂ 'ਚ ਜਾਂ ਪਿੰਡਾਂ 'ਚ, ਬਿਲਕੁਲ ਗਲਤ ਹੈ ਇਹ। ਆਪਣੇ ਤੋਂ ਅਸੀਂ ਆਪਣੇ ਪੈਰ 'ਤੇ ਕੁਹਾੜਾ ਮਾਰ ਰਹੇ ਹਾਂ, ਇਹ ਤੁਹਾਡੀ ਸੇਵਾ ਵਾਸਤੇ ਨੇ, ਸੈਂਪਲਿੰਗ ਬਿਲਕੁਲ ਤੁਹਾਡੇ ਫਾਇਦੇ ਵਾਸਤੇ, ਤੁਹਾਡੀ ਸੇਵਾ ਵਾਸਤੇ, ਤੁਹਾਡੇ ਇਲਾਜ ਵਾਸਤੇ, ਤੁਹਾਡੀ ਸਿਹਤ ਵਾਸਤੇ ਬਿਲਕੁਲ ਜ਼ਰੂਰੀ ਹੈ। ਹੌਸਪੀਟਲ ਵਾਲੀ ਸਟੇਜ ਹੀ ਨਾ ਆਉਣ ਦਿਓ, ਹੌਸਪੀਟਲ ਉਸ ਵਿਅਕਤੀ ਨੂੰ ਲੈ ਕੇ ਜਾਇਆ ਜਾਏਗਾ ਜਿਹੜਾ ਜਿਹਨੂੰ ਜ਼ਰੂਰਤ ਹੈ, ਜਿਹੜਾ ਕਿ ਜਿਹਦੀ ਤਬੀਅਤ ਬਹੁਤ ਖਰਾਬ ਹੈ, ਕਲੀਨਿਕਲੀ ਕੰਡੀਸ਼ਨ ਇਹੋ ਜਿਹੀ ਹੈ ਕਿ ਸਾਹ ਦੀ ਦਿੱਕਤ ਆ ਰਹੀ ਹੈ, ਉਹਨੂੰ ਆਕਸੀਜਨ ਦੀ ਲੋੜ ਹੈ ਜਾਂ ਵੈਂਟੀਲੇਟਰ ਦੀ ਲੋੜ ਹੈ ਜਾਂ ਕਿਸੇ ਹੋਰ ਮੈਕੇਨਿਜ਼ਮ ਦੇ ਤਹਿਤ ਉਹਨੂੰ ਸਪੋਰਟ ਦੀ ਲੋੜ ਹੈ, ਉਸ ਨੂੰ ਲੈ ਕੇ ਜਾਇਆ ਜਾਏਗਾ। ਕਿਉਂ ਸਰਕਾਰ ਜਾਂ ਡਾਕਟਰਸ ਜਾਂ ਸਾਡੇ ਕਰਮਚਾਰੀ ਆਸ਼ਾਜ਼ ਜਾਂ ਪੈਰਾਮੈਡਿਕਸ ਕਿਸੇ ਸਹੀ ਵਿਅਕਤੀ ਨੂੰ, ਰਾਜੀਵਾਜੀ ਵਿਅਕਤੀ ਨੂੰ ਹੌਸਪਿਟਲ ਲੈ ਕੇ ਜਾਣਗੇ? ਇਹ ਬਿਲਕੁਲ ਕੂੜ ਪ੍ਰਚਾਰ ਹੈ। ਔਰ ਇਹਨਾਂ ਨੂੰ ਅਸੀਂ ਚੇਤਾਵਨੀ ਵੀ ਦੇਣਾ ਚਾਹੁੰਦੇ ਹਾਂ, SSP ਸਾਹਿਬ ਵੱਲੋਂ ਵੀ, DC ਸਾਹਿਬ ਵੱਲੋਂ ਵੀ, ਇਹਨਾਂ ਦੇ ਪਰਚੇ ਵੀ ਦਰਜ ਹੋਏ ਨੇ ਔਰ ਅੱਗੇ ਨੂੰ ਵੀ ਹੋਣਗੇ ਜਿਹੜੇ ਇਸ ਤਰ੍ਹਾਂ ਦੀ ਸਮਾਜ ਵਿਰੋਧੀ ਗਤੀਵਿਧੀਆਂ ਕਰਨਗੇ। ਟੀਮਾਂ ਨੂੰ ਬਿਲਕੁਲ ਨਹੀਂ ਰੋਕਣਾ, ਆਪਣਾ ਸਹਿਯੋਗ ਦਿਓ, ਆਪਣੀ ਸੈਂਪਲਿੰਗ ਕਰਾਓ, ਰਿਜ਼ਲਟ ਆਏਗਾ, ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ, ਅਗਰ ਲੋੜ ਹੋਵੇਗੀ ਤਾਂ ਹੀ ਤੁਹਾਨੂੰ ਹੌਸਪਿਟਲ ਸ਼ਿਫਟ ਕੀਤਾ ਜਾਏਗਾ। ਤੁਸੀਂ ਆਪ ਸਮਝੋ ਕਿ 4100 ਦੇ ਕਰੀਬ ਤਾਂ ਬੰਦੇ ਹੋਮ ਆਈਸੋਲੇਟ ਕਰੇਗੇ,
ਤੇ ਉਹ ਘਰ ਹੀ ਰਹਿ ਕੇ ਠੀਕ ਹੋ ਗਏ ਇਕਾਂਤਵਾਸ ਚ ਤੇ ਕਿਉਂ ਤਕਲੀਫ ਅਸੀਂ ਵੀ ਕਰਾਂਗੇ ਤੁਹਾਨੂੰ ਇਹ ਤਕਲੀਫ ਦੇਣ ਲਈ ਕਿ ਅਸੀਂ ਹਸਪੀਟਲ ਲੈ ਕੇ ਜਾਈਏ ਸੋ ਪਲੀਜ਼ ਇਹੋ ਜਿਹੀਆਂ ਖਬਰਾਂ 'ਚ ਬਿਲਕੁਲ ਪ੍ਰਚਾਰ 'ਚ ਵਿਸ਼ਵਾਸ ਨਾ ਕਰੋ ਤੁਹਾਡੇ ਫਾਇਦੇ ਵਾਸਤੇ ਹੀ ਟੀਮਸ ਆ ਰਹੀਆਂ ਨੇ ਸੈਂਪਲਿੰਗ ਲਈ ਕੋਪਰੇਟ ਕਰੋ ਸੈਂਪਲਿੰਗ ਕਰਾਓ ਔਰ ਇਸ ਕੂੜ ਪ੍ਰਚਾਰ ਦੀ ਵੀ ਨਿਖੇਧੀ ਕਰੋ ਔਰ ਅੱਜ ਵੀ ਅਸੀਂ 1800 ਤੋਂ ਵੱਧ ਸੈਂਪਲ ਲਏ ਨੇ ਜ਼ਿਲ੍ਹੇ 'ਚ ਹੁਣ ਤੱਕ ਅਸੀਂ ਤਕਰੀਬਨ 87,308 ਸੈਂਪਲ ਲੈ ਚੁੱਕੇ ਹਾਂ ਔਰ ਨਿਰੰਤਰ ਇਹ ਜਾਰੀ ਰਹੇਗਾ 6,638 ਪੋਜ਼ਿਟਿਵ ਆਏ ਨੇ ਬਾਕੀ 1100 ਰਿਪੋਰਟਾਂ ਆਉਣੀਆਂ ਹਾਲੇ ਬਾਕੀ ਨੇ 1474 ਸਾਡੇ ਕੋਲ ਐਕਟਿਵ ਕੇਸ ਨੇ ਅਤੇ ਮੈਂ ਫਿਰ ਇਹੀ ਵਾਰ ਦੁਆਰਾ ਲਾਸਟ ਕਹਾਂਗਾ ਕਿ ਸਾਰੇ ਜਿਹੜੇ ਸਮਾਜ ਦੇ ਗਤੀਸ਼ੀਲ ਵਿਅਕਤੀ ਨੇ ਓਪੀਨੀਅਨ ਮੇਕਰਸ ਨੇ ਕਾਉਂਸਲਰ ਸਾਹਿਬਾਨ ਨੇ ਪੰਚਾਇਤਾਂ ਦੇ ਪ੍ਰਤੀਨਿਧੀ ਨੇ ਇਸ ਪ੍ਰਚਾਰ ਨੂੰ ਨਿਖੇਧੀ ਕਰੋ ਜਨਤਾ ਨੂੰ ਦੱਸੋ ਕਿ ਜੋ ਵੀ ਇਹ ਸਰਕਾਰ ਵੱਲੋਂ ਸੈਂਪਲਿੰਗ ਕਰਵਾਈ ਜਾ ਰਹੀ ਹੈ ਸਿਹਤ ਟੀਮਾਂ ਵੱਲੋਂ ਤੁਹਾਡੇ ਫਾਇਦੇ ਵਾਸਤੇ ਔਰ ਸਭ ਦਾ ਇੱਕ ਫਰਜ਼ ਬਣਦਾ ਸਮਾਜ ਦੇ ਪ੍ਰਤੀ ਕਿ ਇਸ 'ਚ ਟੀਮਾਂ ਦੀ ਹੈਲਪ ਕਰਨ ਥੈਂਕ ਯੂ